ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਗਲਾੜਾ ਗਰਾਊਂਡ ਵਿੱਚ 4 ਦਿਨਾਂ ਤੱਕ ਚੱਲਣ ਵਾਲੀ ਮੈਕ ਆਟੋਮੇਸ਼ਨ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਭਾਰਤ ਸਰਕਾਰ ਦੇ MSME ਦੇ ਡਾਇਰੈਕਟਰ ਕਮ ਡਿਵੈਲਪਮੈਂਟ ਕਮਿਸ਼ਨਰ SN ਤ੍ਰਿਪਾਠੀ ਨੇ ਕੀਤਾ। ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਅਤੇ ਉਡਾਨ ਕਮਿਊਨੀਕੇਸ਼ਨ ਵੱਲੋਂ ਆਯੋਜਿਤ ਇਸ ਪ੍ਰਦਰਸ਼ਨੀ ਵਿੱਚ ਮੁੱਖ ਰੂਪ ਚ ਮਸ਼ੀਨ ਟੂਲ ਅਤੇ ਆਟੋਮੇਸ਼ਨ ਉੱਤੇ ਫੋਕਸ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਜਰਮਨੀ, ਜਾਪਾਨ, ਕੋਰੀਆ ਸਹਿਤ ਕਈ ਦੇਸ਼ਾਂ ਤੋਂ ਵਪਾਰੀਆਂ ਨੇ ਹਿੱਸਾ ਲਿਆ। ਜੋ ਭਾਰਤ ਸਰਕਾਰ ਕੀ ਪਬਲਿਕ ਪ੍ਰੋਕਿਓਰਮੈਂਟ ਪਾਲਿਸੀ ਹੈ, ਉਸਮੇ ਸਾਰੇ PSUs ਕੋ ਸੈਂਟਰਲ ਗਵਰਨਮੈਂਟ ਕੇ 20% MSME ਸੇ ਖਰੀਦਨੇ ਕੇ ਲਿਏ ਬਾਧ੍ਯ ਕੀਆ ਜਾ ਰਹਾ ਹੈ ਔਰ 4% ਆਊਟ ਆਫ ਦੀਅਰ ਟੋਟਲ ਪ੍ਰੋਕਿਓਰਮੈਂਟ ਉਨਕੋ ਖਰੀਦਨਾ ਹੈ SCST ਓਨ ਐਂਟਰਪ੍ਰਾਈਜ਼ ਸੇ। ਉਨਕੇ ਪ੍ਰੋਡਕਟ ਕੋ ਡਿਸਪਲੇ ਕਰਾਨੇ ਕੇ ਲਿਏ ਇੱਕ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਕਾ ਇੱਕ ਕਾਰਜਕ੍ਰਮ ਹੈ, ਜਿਸਮੇ ਕੇ ਤਹਿਤ ਆਜ ਹੈ ਲਗਭਗ 300 ਕੇ ਆਸ ਪਾਸ ਕੰਪਨੀਆਂ ਹੈ ਔਰ 17 ਸੇ ਜ਼ਿਆਦਾ ਸਟੇਟਸ ਕੇ ਲੋਕ ਆਏ ਹੋਏ ਹੈ ਔਰ ਹਮੇ ਲਗ ਰਹਾ ਹੈ ਕਿ ਇਹ ਕੰਪਨੀਓਂ ਕੇ ਲਿਏ ਫਾਇਦਾ ਹੋਗਾ, ਜੋ ਐਗਜ਼ੀਬਿਟਰਸ ਹੈ ਔਰ ਜੋ ਪ੍ਰੋਜੈਕਟਡ ਬਾਇਰਸ ਹੈ ਉਨਕੇ ਲਿਏ ਫਾਇਦਾ ਹੋਗਾ। ਮੈਂ ਯੂਨੀਵਰਸਲ ਰੋਬੋਟ ਕਾ ਸੇਲਸ ਰਿਪ੍ਰੈਜ਼ੈਂਟੇਟਿਵ ਹੂੰ। ਯਹਾਂ ਪਰ ਹਮ ਲੋਗ ਆਪਣਾ ਕੋਲੋਬਰੇਟਿਵ ਰੋਬੋਟਸ ਸ਼ੋ ਕਰ ਰਹੇ ਹੈ ਔਰ ਇਹ ਰੋਬੋਟਸ ਹਿਊਮਨ ਰੋਬੋਟ ਕੋਲੋਬਰੇਸ਼ਨ ਟੈਕਨੋਲੋਜੀ ਪੇ ਕਾਮ ਕਰਦੇ ਹੈ। ਦੀਜ਼ ਆਰ ਆਲਸੋ ਵਰਕ ਔਨ ਦਾ ਇੰਡਸਟਰੀ 4.0। ਉਸਕੇ ਸਾਥ ਹਮ ਲੋਗ ਪਹਿਲੀ ਵਾਰ ਲੁਧਿਆਣਾ ਮੈਂ ਆਪਣੇ ਪ੍ਰੋਡਕਟਸ ਡਿਸਪਲੇ ਕਰ ਰਹੇ ਹੈ, ਜਿਸਕੇ ਅੰਦਰ ਆਪ ਦੇਖ ਰਹੇ ਹੋਗੇ ਕਿ ਡਿਫਰੈਂਟ ਐਪਲੀਕੇਸ਼ਨ ਦਿਖਾਏ ਜਾ ਰਹੇ ਹੈ, ਲਾਈਕ ਇੰਸਪੈਕਸ਼ਨ, ਦੂਸਰਾ ਆਪਕਾ ਪਿੱਕ ਐਂਡ ਪਲੇਸ, ਤੀਸਰਾ ਆਪਕਾ ਪੈਲੇਟਾਈਜ਼ਿੰਗ ਐਂਡ ਔਰ ਕੁਛ ਡਿਫਰੈਂਟ ਐਪਲੀਕੇਸ਼ਨ ਮੇਂ ਹਮ ਲੋਗ ਇਹ ਰੋਬੋਟ ਯੂਜ਼ ਕਰ ਸਕਤੇ ਹੈ। ਲੁਧਿਆਣਾ ਤੋਂ ਵਿਵੇਕ ਟਲ, ਖਬਰ ਹਰਪਲ ਇੰਡੀਆ ਲਈ।